ਜੋ ਪਾਣੀ ਅੱਜ ਪਤਨੋਂ ਲੰਗਦਾ ਜੋ ਪਾਣੀ ਅੱਜ ਪਤਨੋਂ ਲੰਗਦਾ ਉਹ ਨਾ ਆਉਂਦਾ ਭਲਕੇ ਬੇੜੀ ਦਾ ਪੂਰ ਤਰੰਜਣ ਦੀਆਂ ਕੁੜੀਆਂ ਫੇਰ ਨਾ ਬੈਠ ਰਲ ਕੇ ਇਹ ਕਿਸ ਦੀ ਨਜ਼ਮ ਹੈ ਇਹ ਅਹਿਮਦ ਰਾਹੀ ਹੋਰਾਂ ਦੇ ਤਰੰਜਣ ਮجموعੇ ਵਿੱਚੋਂ ਇੱਕ ਨਜ਼ਮ ਹੈ ਇਸ ਕਿਤਾਬ ਦਾ ਦਿਵਾਚਾ ਕਿਸ ਨੇ ਲਿਖਿਆ ਐਸ ਅਮ ਦਰਾਹੀ ਹੋਰਾਂ ਦੀ ਕਿਤਾਬ ਦਾ ਦਿਵਾਚਾ ਅਹਿਮਦ ਨਦੀਮ ਕਾਸਮੀ ਹੋਰਾਂ ਨੇ 12 ਦਸੰਬਰ 1952 ਵਿੱਚ ਲਿਖਿਆ ਅਜੇ ਨਵਾ ਨਵਾ ਅੰਬੀਆਂ ਨੂਰ ਅਜੇ ਹੋਂਠਾਂ ਵਿੱਚ ਅਣਛੂਈਆਂ ਕਲੀਆਂ ਦੇ ਰਸ ਅਜੇ ਬਾਵਾ ਵਿੱਚ ਸਜਰੀਆਂ ਸ਼ਾਖਾਂ ਦੀ ਹਲੌਰ ਅਜੇ ਅਣਖਿੜੇ ਫੁੱਲਾਂ ਜਿਹੀਆਂ ਹਾਸਿਆਂ ਦੀ ਦੱਕ ਅਜੇ ਟੋਰਾਵਾਂ ਵਿੱਚ ਚੜਦੀਆਂ ਪੀਂਗਾ ਵਾਲਾ ਜ਼ੋਰ ਅਜੇ ਮਾਈਏ ਟੱਪੇ ਢੋਲੇ ਦੇ ਨਿਮੇ ਨਿਮੇ ਰੰਗ ਅਜੇ ਦਿਲਾਂ ਵਿੱਚ ਸਦਰਾਂ ਦਾ ਸੁੱਤਾ-ਸੁੱਤਾ ਸ਼ੋਰ ਅਜੇ ਨਵਾ-ਨਵਾ ਅੰਬੀ ਅਨਬੂਰ ਇਹ ਨਜ਼ਮ احمد ਰਾਹੀ ਹੋਰਾਂ ਦੇ ਕਲਾਮ ਦੇ مجموعه ਤਰੰਝਣ ਦੀ ਪਹਿਲੀ ਨਜ਼ਮ ਹੈ ਤੇ ਇਹ احمد ਰਾਹੀ ਹੋਰਾਂ ਦੇ ਕਲਾਮ ਦਾ ਨਮੂਨਾ ਹੈ احمد ਰਾਹੀ ਹੋਰਾਂ ਦੇ ਕਲਾਮ ਵਿੱਚ ਲੋਕ ਗੀਤਾਂ ਵਾਲਾ ਰੰਗ ਨਮਾਇਆ ਵਿਖਾਲੀ ਦਿੰਦਾ ਹੈ ਉਹਦੀ ਕੋਈ ਮਿਸਾਲ ਦਿਓ ਕਿੱਕਲੀ ਕਲੀਰ ਦੀ ਕਿੱਕਲੀ ਕਲੀਰ ਦੀ ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ ਕਿੱਕਲੀ ਕਲੀਰ ਦੀ ਕਿੱਕਲੀ ਕਲੀਰ ਦੀ ਤੇ ਚੜਦੀ ਜਵਾਨੀ ਨਾਲ ਚੜ ਗਿਆ ਭਾਨੀ ਨਵੇਂ-ਨਵੇਂ ਜੋਬਨਾ ਦਾ ਨਵਾਂ-ਨਵਾਂ ਚਾਹ ਨਹੀਂ ਜਿੰਦੜੀ ਨਾ ਰੋਲ ਦੇਵੀ ਕਿਸੇ ਦਿਲਗੀਰ ਦੀ ਕਿੱਕਲੀ ਕਲੀਰ ਦੀ ਕਿੱਕਲੀ ਕਲੀਰ ਦੀ ਇਹਦੇ ਵਿੱਚ ਲੋਕ ਗੀਤਾਂ ਵਾਲਾ ਰੰਗ ਨਮਾਇਆ ਨਜ਼ਰੀ ਆ ਰਿਹਾ ਹੈ ਜਿਸ ਤਰ੍ਹਾਂ ਲੋਕ ਗੀਤ ਕਿਕਲੀ ਵੱਲ ਇਹਦੇ ਵਿੱਚ ਖਾਸ ਤੌਰ ਤੇ ਇਸ਼ਾਰਾ ਕੀਤਾ ਗਿਆ ਹੈ ਨਿੰਮੀ ਨਿੰਮੀ ਵਾ ਵਗਦੀ ਰੁੱਖ ਡੋਲਦਾ ਤੇ ਅੱਖ ਨਹੀਂ ਹੋ ਲੱਗਦੀ ਨਿੰਮੀ ਨਿੰਮੀ ਵਾ ਵਗਦੀ ਸਾਨੂੰ ਠੱਗ ਗਈ ਯਾਦ ਇੱਕ ਠੱਗ ਦੀ ਨਿੰਮੀ ਨਿੰਮੀ ਵਾ ਵਗਦੀ ਇਹ ਅਹਿਮਦ ਰਾਹੀ ਦੀ ਨਜ਼ਮ ਕਿਸ ਮجموعੇ ਵਿੱਚੋਂ ਲਈ ਗਈ ਹੈ ਸੁਣ ਵੰਜਲੀ ਦੀ ਮਿੱਠੜੀ ਤਾਨਵੇ ਮੈਂ ਤਾਂ ਹੋ ਹੋ ਗਈ ਕੁਰਬਾਨ ਵੇ ਕਿਸ ਫਿਲਮ ਦਾ ਗਾਣਾ ਹੈ ਤੇ ਇਹ ਕਿਸ ਦਾ ਗੀਤ ਹੈ ਇਹ ਗੀਤਾਂ ਦੇ مجموعه ਕਿਹੜੇ ਵਿੱਚ ਸ਼ਾਮਲ ਹੈ ਕਿਹਦੀ ਕਿਤਾਬ ਹੈ ਇਹ ਹੀਰ ਰਾਂਝਾ ਫਿਲਮ ਦਾ ਗਾਣਾ ਹੈ ਤੇ ਅਹਿਮਦ ਰਾਹੀ ਹੋਰਾਂ ਦੀ ਕਿਤਾਬ ਨਿਮੀ ਨਿਮੀ ਵਾ ਵਿੱਚੋਂ ਇਹ ਲਿਆ ਗਿਆ ਹੈ ਜੰਨਾ ਵੇ ਤੇਰੀ ਚਾਨਣੀ ਕਿਸ ਦੀ ਨਜ਼ਮ ਹੈ ਇਹ ਅਹਿਮਦ ਰਾਹੀ ਹੋਰਾਂ ਦੀ ਨਜ਼ਮ ਹੈ ਤੇ ਇਹ ਤਰੰਜਨ ਮجموعੇ ਵਿੱਚੋਂ ਲਈ ਗਈ ਹੈ। ਬੀਏ ਦੇ ਨਸਾਬ ਵਿੱਚ ਸ਼ਾਮਲ ਇਹ ਨਜ਼ਮ ਕਿਸ ਸ਼ਾਇਰ ਦੀਏ ਸੂਰਜ ਤੇ ਧਰਤੀ ਚੜਦੇ ਵੱਲੋਂ ਆਉਂਦਾ ਸੂਰਜ ਲੈਂਦੇ ਵਲਟੁਰ ਟੁਰ ਜਾਂਦਾ ਤੇ ਆਵੇ ਲੱਟ ਲੱਟ ਚਾਨਣ ਲੈ ਕੇ ਜਾਏ ਹਨੇਰੇ ਪਾਂਦਾ ਤੇ ਉਹਦੇ ਰਹਿਮ ਕਰਮ ਤੇ ਧਰਤੀ ਪਈਏ ਚੁੱਪ ਚੁਪੀ ਤੇ ਖਬਰੇ ਉਸ ਕੀ ਮੰਤਰ ਭੂਕੇ ਕਿਹੜੇ ਜਾਦੂ ਕੀਤੇ ਇਹ ਨਜ਼ਮ ਕਿਸ ਦੀਏ ਇਹ ਨਜ਼ਮ احمد ਰਾਈ ਹੋਰਾ ਦੀਏ ਕੀ ਲੋੜੇ ਕਸਮਾਂ ਦੀ ਕੱਚ ਪੱਕੀ ਡੋਰ ਚ ਨਾ ਇਹਨਾਂ ਜਾਗ ਦੀਆਂ ਰਸਮਾਂ ਦੀ ਇਹ ਕਲਾਮ ਕਿਸ ਸਿੰਫ ਵਿੱਚ ਆਂਦਾ ਏ ਇਹ ਮਾਇਆ ਸਿੰਫੇ ਸ਼ਾਇਰੀ ਦੀ ਤੇ ਤਰੰਜਣ ਵਿੱਚੋਂ ਉਹਨਾਂ ਦੇ ਮਾਇਏ ਲਿਖੇ ਨੇ ਜਿਨ੍ਹਾਂ ਵਿੱਚੋਂ ਇਹ ਇੱਕ ਮਾਇਆ ਏ ਦਾਰੋਂ ਵਿਛੜੀ ਕੂੰਜ ਕਰਲਾਵੇ ਤਰੰਜਣਾ ਚ ਗਾਉਣ ਵਾਲਿਓ ਐਸ ਦਾ ਇਸ਼ਾਰਾ ਕਿਸ ਵਾਲੇ ਇਸ ਦਾ ਇਸ਼ਾਰਾ 1947 ਦੀ ਵੰਡ ਵਾਲੇ ਜਦੋਂ ਦਿਨਾਂ ਘਰੋਂ ਬੇਘਰ ਹੋਈਆਂ ਸਣ ਤੇ ਜਦੋਂ ਪਰਤੀਆਂ ਤੇ ਮਾਪਿਆਂ ਨੇ ਬੂਹੇ ਬੰਦ ਕਰ ਲੈ ਚੁੰਨੀ ਮੇਰੀ ਲੀਰਾ ਕਤੀਰਾ ਬਹਿਣਾ ਦਿਓ ਵੀਰੋ ਤੇ ਚੁੰਨੀ ਮੇਰੀ ਲੀਰਾ ਕਤੀਰਾ ਕਿਸ ਸ਼ਾਇਰ ਦਾ ਕਲਾਮ ਹੈ ਤੇ ਇਹਦਾ ਇਸ਼ਾਰਾ ਕਿਸ ਵਾਲੇ ਇਹ ਵੀ 1947 ਦੀ ਵੰਡ ਵਾਲਾ ਇਸ਼ਾਰਾ ਕਰ ਰਹੀ ਹੈ ਤੇ ਕਲਾਮ ਅਹਿਮਦ ਰਾਈ ਹੋਰਾਂ ਦਾ ਹੈ ਤੇ ਵੀ ਉਸ ਵਕਤ ਮੌਕੇ ਤੇ ਆਖਿਆ ਗਿਆ ਸੀ ਜਦੋਂ ਭੈਣਾ ਬੇਘਰ ਹੋਈਆਂ ਦੀਆਂ ਬੇਘਰ ਹੋਈਆਂ ਤੇ ਉਹ ਚੰਦ ਦਿਨ ਬਾਰ ਗੁਜ਼ਰ ਕੇ ਗੁਜ਼ਾਰ ਕੇ ਜਦੋਂ ਘਰ ਪਰਤੀਆਂ ਕਿ ਮਾਪਿਆਂ ਨੇ ਸਾਨੂੰ ਆਪਣੇ ਦਿਲਾਂ ਵਿੱਚ ਵਸਾ ਲੈਣਾ ਉਹਨਾਂ ਜਗ੍ਹਾ ਦੇ ਦੇਣੀ ਹੈ ਉਹ ਆਪਣੀਆਂ ਇੱਜ਼ਤਾਂ ਲੁਟਾ ਕੇ ਉਸਮਤਾਂ ਲੁਟਾ ਕੇ ਜਦੋਂ ਘਰ ਪਰਤੀਆਂ ਤੇ ਘਰਦਿਆਂ ਨੇ ਬੂਏ ਢੋ ਦਿੱਤੇ ਤੇ ਇਹ ਉਸ ਦਾ ਇੱਕ ਵਹਿਣ ਹੈ ਉਸ ਔਰਤ ਦਾ ਜਿਹੜਾ ਅਹਿਮਦ ਰਾਈ ਹੋਰਾਂ ਨੇ ਆਪਣੀ ਨਜ਼ਮ ਵਿੱਚ ਟਾਲਿਆ ਹੈ ਸੁਣ ਵੇ ਬਾਬਲ ਮੇਰਿਆ ਤੇਰੇ ਟੁੱਟ ਗਏ ਸਾਰੇ ਮਾਣ ਤੇਰੀ ਪੱਗ ਪੈਰਾਂ ਵਿੱਚ ਰੁਲ ਗਈ ਮਿੱਟੀ ਵਿੱਚ ਰੁਲ ਗਈ ਸ਼ਾਨ ਇਹ ਨਜ਼ਮ ਕਿਸ ਚੀਜ਼ ਵੱਲ ਇਸ਼ਾਰਾ ਕਰ ਰਹੀ ਹੈ ਇਹ ਉਹਨਾਂ ਔਰਤਾਂ ਦਾ ਵੇਣ ਹੈ ਜਿਹੜੀਆਂ ਆਪਣੀਆਂ ਇੱਜ਼ਤਾਂ ਲੁਟਾ ਕੇ ਬੈਠੀਆਂ ਸਨ 1947 ਦੀ ਵੰਡ ਵੇਲੇ ਖੁੱਲੇ ਰੱਖੀ ਬੁਹੇ ਸਦਾ ਵੇ ਬਾਬਲਾ ਖਬਰੇ ਕਦੀ ਮੜਾਈਏ ਕਿਸ ਦੀ ਲਜ਼ਮ ਹੈ ਇਹ ਅਹਿਮਦ ਰਾਹੀ ਹੁਰਾਂ ਦਾ ਉਹ ਵੈਣ ਹੈ ਜਿਹੜਾ ਉਹਨਾਂ ਕੁੜੀਆਂ ਦੀ ਫਰਿਆਦ ਬਣਿਆ ਜਿਹੜੀਆਂ 747 ਵੇਲੇ ਇੰਤਹਾਪਸੰਦ ਲੋਕਾਂ ਚੁੱਕ ਚੁਕਾ ਲਈਆਂ ਸਨ ਤੇ ਜਿਹੜੀਆਂ ਇਜ਼ਤਾਂ ਲੁਟਾ ਕੇ ਫਿਰ ਵੀ ਇਹ ਅਸਾਸ ਸੇ ਸਣ ਕੇ ਸਾਡੇ ਮਾਪੇ ਸਾਡੇ ਬਾਬਲ ਸਾਡੇ ਵਾਸਤੇ ਬੁਹੇ ਨਹੀਂ ਬੀੜਨਗੇ ਬੁਹੇ ਹੋ ਗਏ ਬੀੜੇ ਸਾਡੇ ਟੁੱਟ ਗਏ ਸਾਰੇ ਮਾਨ ਸਿਰਾਂ ਉੱਤੇ ਚਾਣ ਵਾਲੇ ਅੱਜ ਅੱਖ ਨਾ ਮਿਲਣ ਬੂਏ ਹੈ ਹੋ ਗਏ ਭੀੜੇ ਯਾਨੀ ਬੂਏ ਦਰਵਾਜ਼ੇ ਬੰਦ ਹੋ ਗਏ ਐਸ ਵਿੱਚ ਕਿਸ ਦੀ ਫਰਿਆਦਾ ਨੂੰ ਅਹਿਮ ਦਰਾਈ ਹੋ ਰਾਂ ਨੇ ਸਾਂਭਿ ਆਏ ਇਹਦੇ ਵਿੱਚ ਉਹਨਾਂ ਔਰਤਾਂ ਦੀ ਤਰਜਮਾਨੀ ਕੀਤੀ ਏ ਜਿਹੜੀਆਂ ਘਰ ਪਰਤੀਆਂ ਤੇ ਮਾਪਿਆਂ ਨੇ ਬੂਏ ਬੰਦ ਕਰ ਲੈ ਉਹਨਾਂ ਨੂੰ ਆਪਣੇ ਘਰ ਨਾ ਆਣ ਦਿੱਤਾ ਉਹਨਾਂ ਔਰਤਾਂ ਨੂੰ ਜਿਹੜੀਆਂ ਕਦੀ ਉਹਨਾਂ ਦੇ ਸਿਰਾਂ ਤੇ ਉਹਨਾਂ ਦੇ ਮੋਢਿਆਂ ਤੇ ਚੜ ਕੇ ਖੇਡੀਆਂ ਸਨ ਅੱਜ ਦੋ ਇਸਤਾਂ ਲੁਟਾ ਕੇ ਧੱਕੇ ਠੁੱਡੇ ਖਾਦਿਆਂ ਘਰ ਆਈਆਂ ਤੇ ਮਾਪਿਆਂ ਨੇ ਦਰਵਾਜ਼ੇ ਬੰਦ ਕਰ ਲੈ। ਜੇ ਤੂੰ ਮਿਰਜ਼ਾ ਹੁੰਦਿਓ ਕਿਸ ਦੀ ਨਜ਼ਮ ਹੈ? ਇਹ ਅਹਿਮਦ ਰਾਈ ਹੋਰਾਂ ਦੇ ਤਰੰਜਨ ਮجموعੇ ਵਿੱਚੋਂ ਅਖੀਰਲੀਆ ਨਜ਼ਮਾਂ ਵਿੱਚੋਂ ਇੱਕ ਨਜ਼ਮ ਹੈ। ਦੁੱਖਾਂ ਦਾ ਵੰਜਾਰਾ احمد راہی نو کس آکھیا اے انہاں دا اصل نام کی سی دکھاں دا ونجارا سید اختر حسین جعفری ہوراں آکھیا اے تے انہاں دا اصل نام خورشید احمد سی احمد راہی دے تین ناں سن انہاں دی وجہ کی سی اصل نام غلام احمد مرشد نے رکھیا خورشید احمد فلمی ناں راہی تے تخلص پاروں احمد راہی مشہور ہوئے سن احمد راہی ਕਦੋਂ ਪੈਦਾ ਹੋਏ ਕਿੱਥੇ ਪੈਦਾ ਹੋਏ ਤੇ ਕਿੱਦੇ ਘਰ ਜੰਮੇ ਇਹ 12 ਨੰਬਰ 1923 ਨੂੰ ਅੰਮ੍ਰਿਤਸਰ ਵਿੱਚ ਖਵਾਜਾ ਅਬਦੁਲ ਅਜ਼ੀਜ਼ ਦੇ ਘਰ ਜੰਮੇ ਜਿਹੜੇ ਸ਼ਾਲਾਂ ਦਾ ਕਾਰੋਬਾਰ ਕਰਦੇ ਸਨ ਯਾਨੀ ਗਰਮ ਸ਼ਾਲਾਂ ਦਾ ਮਿਡਲ ਤੇ ਆਲਾ ਤਾਲੀਮ ਦੇ ਹਸੂਲ ਤੋਂ ਬਾਅਦ ਅਹਿਮਦ ਰਾਈ ਹੁਰਾਂ ਕੀ ਕੀ ਕੰਮ ਕੀਤਾ ਮਿਡਲ ਅਮਰਤਸਰ ਦੇ ਸਕੂਲ ਵਿੱਚੋਂ ਤੇ 1940 ਵਿੱਚ میٹرਕ ਦਾ ਇਮਤਿਹਾਨ ਪਾਸ ਕੀਤਾ ਤੇ ਐਮਏਓ ਕਾਲਜ ਅਮਰਤਸਰ ਵਿੱਚ ਦਾਖਲਾ ਲਿਆ ਤੇ ਸਿਆਸੀ ਤਰੀਕਿਆਂ ਵਿੱਚ ਹਿੱਸਾ ਲੈਣ ਪਰੋਂ ਕਾਲਜੋਂ ਕੱਢ ਦਿੱਤਾ ਗਿਆ ਤੇ ਫਿਰ ਪਿਓ ਨਾਲ ਕਸ਼ਮੀਰੀ ਸ਼ਾਲਾਂ ਦਾ ਤਾਜਰ ਬਣ ਕੇ ਕਲਕੱਤਾ ਅਮਰਤਸਰ ਮੁੰਬਈ ਤੇ ਲਾਹੌਰ ਵਿੱਚਕਾਰ ਸਫਰ ਤੇ ਕਾਮ ਵੀ ਕੀਤਾ احمد ਰਾਹੀ ਪਾਕਿਸਤਾਨ ਆ ਕੇ ਕੀ ਕੀਤਾ ਤੇ ਉਹਨਾਂ ਦਾ ਵੱਡਾ ਕਮਾਲ ਕੀ ਸੀ ਉਹਨਾਂ ਇੱਥੇ ਆ ਕੇ ਰਸਾਲਾ ਸਵੇਰਾ ਕੱਢਿਆ ਤੇ ਫਿਲਮੀ ਫਿਲਮਾਂ ਲਈ ਗੀਤ ਕਹਾਣੀਆਂ ਤੇ ਮੁਕਾਲਮੇ ਲਿਖੇ ਤੇ ਉਹਨਾਂ ਦੀ ਇੱਕ ਫਿਲਮ ਜਿਸ ਵਿੱਚ ਉਹਨਾਂ ਨੇ ਗੀਤ ਲਿਖੇ ਸਨ ਉਸ ਫਿਲਮ ਦਾ ਨਾਂ ਹੀਰ ਰਾਂਝਾ ਜਿਹੜੀ 1954 ਵਿੱਚ ਫਿਲਮੀ ਦੁਨੀਆ ਵਿੱਚ ਉਹਨਾਂ ਕਦਮ ਰੱਖਦੇ ਆਂ ਇਹ ਫਿਲਮ ਦੇ ਗਾਣੇ ਲਿਖੇ احمد راہی کس کس زبان وچ لکھیا اوناں شروع وچ اردو شاعری دا آغاز کیتا تے پھر غزلان نظماں تے فلمی گیت لکھے پنجابی وچ ترنجن مجموعہ لکھیا جڑا 1952 وچ پہلی واری شایا ہویا اودے تو بعد اوناں دے گیتاں دی کتاب نممی نممی واہ وگدی وی چھاپے چڑی جس وچ اوناں دے گیت شامل احمد راہی دے استاد شاعر تے مامو شاعر کون سن تے اوناں دے ناں کی کی سن ਉਨ੍ਹਾਂ ਦੇ उस्ताद शायर ਹੋਰਾਂ ਦਾ ਨਾਮ सैफुद्दीन ਤੇ मामू शायर ਦਾ ਨਾਮ 사াদক अमृतसरी ਸੀ। ਤਰੰਜਣ ਦਾ ਕੀ ਮਤਲਬ ਹੈ? ਤਰੰਜਣ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਰਮੀਆਂ ਦੇ ਵਿੱਚ ਦੁਪਹਿਰ ਕੱਟਣ ਵਾਸਤੇ ਕੁੜੀਆਂ ਰਲ ਕੇ ਚਰਖਾ ਕੱਤਦੀਆਂ ਸਨ ਨਾਲੇ ਪੋਣੀਆਂ ਪਾਉਂਦੀਆਂ ਸਨ ਤੇ ਨਾਲ-ਨਾਲ ਹਸਤੀਆਂ ਗਾਉਂਦੀਆਂ ਸਨ ਤੇ ਇਹਦੇ ਵਿੱਚ ਔਰਤਾਂ ਇੱਕ ਦੂਜੇ ਨੂੰ ਉਹਨਾਂ ਦੇ ਮਸਾਇਲ ਤੇ ਉਹਨਾਂ ਦੇ ਹੱਲ ਬਾਰੇ ਵੀ ਗੱਲਬਾਤ ਦਸਤੀਆਂ ਸਨ। ਇਸ ਵਿਚ ਸਿਰਫ ਕੁੜੀਆਂ ਤੇ ਅਲੜਮੁਟਿਆਰਾ ਹੀ ਹਿੱਸਾ ਲੈਂਦੀਆਂ ਸਨ। ਤਰੰਜਨ ਕਿਤਾਬ ਦੇ ਫਲੈਪ ਕਿਸ-ਕਿਸ ادیਬ ਨੇ ਲਿਖੇ? ਇਸ ਦਾ ਫਲੈਪ ਸਾਦਕ हुसैन منٹو ਤੇ ਕ੍ਰਿਸ਼ਨ ਚੰਦਰ ਨੇ ਲਿਖਿਆ ਹੈ। ਅਹਿਮਦ ਰਾਹੀ ਨੇ ਕਲਾਮ ਵਿੱਚ ਕੀ ਪੈਗਾਮ ਦਿੱਤਾ ਹੈ ਤੇ ਤਰੰਜਨ ਆਪਣੇ ਮجموعੇ ਦਾ ਨਾਂ ਕਿਉਂ ਦਿੱਤਾ ਜਾਂ ਕਿਉਂ ਰੱਖਿਆ? ਪੰਜਾਬ ਲੋਕ ਗੀਤਾਂ ਦੀ ਧਰਤੀਏ ਉਨ੍ਹਾਂ ਦੀ ਮਿਠਾਸ ਤੇ ਦੁੱਖਾਂ ਦਰਦਾਂ ਪਰੋਂ ਤਰੰਜਣ ਨਾ ਰੱਖਿਆ ਇਹਨਾਂ ਨੇ ਮੁਹੱਬਤ ਦੋਸਤੀ ਇਨਸਾਨੀ ਹਮਦਰਦੀ ਅਮਨ ਪਿਆਰ ਤੇ ਭਾਈਚਾਰੇ ਦਾ ਪੈਗਾਮ ਦਿੱਤਾ ਹੈ ਕਿ ਲੋਕਾਂ ਨਾਲ ਪਿਆਰ ਮੁਹੱਬਤ ਦੇ ਨਾਲ ਰਵੋ احمد ਰਾਹੀ ਦੇ ਹਮਸਰ ਸ਼ਾਇਰ ਕੌਣ ਸਾਨ ਤੇ ਪੰਜਾਬੀ ਜਦੀਦ ਸ਼ਾਇਰੀ ਦੇ ਮੋਢੀ ਕੌਣ ਨੇ ਕਿਉਂਕਿ ਸ਼ਰੀਫ ਪੰਜਾਬੀ ਹੋਰਾਂ ਦਾ مجموعه ਪੰਜਾਬੀ ਸ਼ਾਇਰੀ ਦਾ 1939 ਵਿੱਚ ਉਹਨਾਂ ਨਜ਼ਮਾਂ ਲਿਖੀਆਂ ਤੇ ਇਸ ਲਈ ਉਹਨਾਂ ਨੂੰ ਮੋਢੀ ਆਖਿਆ ਜਾਂਦਾ ਹੈ ਤੇ ਉਹਨਾਂ ਦੇ ਹੋਰ ਹਮਸਰ ਸ਼ਾਇਰਾਂ ਵਿੱਚ ਅਬਦੁਲ ਮਤੀਨ ਤੇ ਬਾਕੀ ਸਦੀਕੀ ਨੇ احمد ਰਾਹੀ ਦੀ ਕਿਤਾਬ ਦੇ ਆਖਰ ਤੇ ਇੱਕ ਮਜ਼ਮੂਨ ਹੈ ਉਹ ਕਿਸ ਦਾ ਹੈ ਲਾਹਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਗੁਰੂ ਬਚਨ ਸਿੰਘ ਦਾ ਹੈ ਇਹਦੇ ਵਿੱਚ ਉਹਨਾਂ احمد ਰਾਹੀ ਦੇ ਕਲਮ ਦਾ ਵੇਰਵਾ ਕੀਤਾ ਹੈ احمد ندیم قاسمی تے سادت حسین منٹو احمد راہی بارے کی آکھیا اے احمد ندیم قاسمی راہی نے ستی زبان نو جگایا اے تے سادت حسین منٹو آکھیا کہ راہی نے غریباں دے آلڑیاں دا ذکر کر کے کالجاں ہلا دتا اے احمد ندیم قاسمی کیڑے کیڑے شاعراں نال انہاں دا موازنہ کیتا تے احمد راہی ہوراں کنیاں بہاراں اپنی حیات وچ ویکھیاں 22 بہاراں ویکھیاں ਸਰਣ ਤੇ ਅਹਿਮਦ ਨਦੀਮ ਹੋਰਾਂ ਮੀਰ ਦਰਦ ਤੇ ਮੁਸਫਾ ਵਰਗੇ ਕਲਾਸੀਕਲ ਸ਼ਾਇਰਾ ਨਾਲ ਆਪ ਨੂੰ ਮਿਲਾਇਆ ਲੋਕ ਕਿਸਿਆਂ ਵਿੱਚ ਰਾਂਝਾ ਖੇੜਾ ਮਿਰਜ਼ਾ ਸਸੀ ਸਾਹਬਾ ਤਾਹਿਰ ਕਿਸ ਕਿਸ ਦੀ ਅਲਮਤਾਂ ਨੇ ਰਾਂਝਾ ਇਸ਼ਕ ਤੇ ਮੁਹੱਬਤ ਦਾ سفیر ਖੇੜਾ ਜ਼ੁਲਮ ਤੇ ਬਰਬਰੀਅਤ ਦੀ ਅਲਮਤ ਮਿਰਜ਼ਾ ਪੰਜਾਬ ਦੀ ਦਲੇਰੀ ਤੇ ਬਹਾਦਰੀ ਦਾ ਇਸ਼ਤਿਆਰਾ ਤੇ ਸਸੀ ਬੇਲੋਸ ਕੁਰਬਾਨੀ ਦੀ علامه ਸਹਿਬਾਂ ਅਣਮੁੱਲੀ ਵਫਾ ਦੀ علامه ਤਹਿੀਰ ਇਸ਼ਕ ਦੀ علامه ਇਹ ਇਨਾਂ ਸਾਰਿਆਂ ਵਿੱਚੋਂ ਅਹਿਮਦ ਰਾਹੀ ਹੋਰਾਂ ਨੂੰ ਮਿਰਜ਼ੇ ਦਾ ਕਿਰਦਾਰ ਤੇ ਉਹਦੀ علامه ਪਸੰਦ ਹੈ ਇਸ ਲਈ ਉਹਨਾਂ ਆਪਣੀਆਂ ਨਜ਼ਮਾਂ ਵਿੱਚ ਵੀ ਮਿਰਜ਼ੇ ਬਾਰੇ ਆਖਿਆ ਜੇ ਤੂੰ ਮਿਰਜ਼ਾ ਹੁੰਦੇਂ ਟਰਾਂਜਣਾ ਤੇ ਮੈਂ ਤਤੜੀ ਜ਼ਹਿਰ ਨਾ ਫਕਦੀ ਵੀਡੀਓ ਦੇ ਐਂਡ ਤੇ ਸਾਡਾ WhatsApp ਨੰਬਰ ਹੈ ਜਿਹੜਾ ਕੋਈ ਸਾਨੂੰ ਆਪਣੀ رائے ਦਾ ਇਜ਼ਹਾਰ ਕਰਨਾ ਚਾਹਵੇ ਕਰ ਸਕਦਾ ਹੈ ਤੇ ਅੱਜ ਦੀ ਸ਼ਾਇਰੀ ਦਾ ਪਹਿਲਾ ਸੈਸ਼ਨ ਮੁਕੰਮਲ ਹੋਇਆ